सत श्री अकाल जी, स्वागत है थोड़ा नवी वीडियो ना बिंदल हो रही है यूट्यूब चैनल पर। मैं सारिया का स्वागत करदा जी। मेरे वेखने वाले चाहने वाले जिहड़े जानकारी आपां तुहाडे वास्ते लैके आउणे आ, वीडियो पाउणे आ, तुसीं प्यार बख्शदे हो, देखदे हो तो उत्थे कमेंट भी करदे हो, सवाल पुछदे हो ना। सवाल दा विच की है, तुसीं कमेंट करदे हो तां मैं तुसीं रेट पुछना जां कुछ भी पुछना जी, मैं उत्थे तुहानूं मैसेज जदों किते मैं देखदा तां मैं तुहानूं आपदा नंबर शेयर कर देना हुंदा। तुसीं जदों नंबर शेयर करदा मैनूं कॉल कर लिया करो जदों तुहानूं लोड़ है कोई। तां अज्ज वीडियो आपां 5630 दी लैके आए हां तुहाडे वास्ते। 5630 दी वीडियो आपां पहलां वी इस चैनल ते पाई है, वो अपना उस तों पहला मॉडल सीगा जिहड़ा पहलां आ रहा सीगा, ते इहदे विच जिहड़ा कोई फर्क आया उहदे बारे दसणा तुहानूं, जां इहदे विच ला लो वी आपां इक धुआउणे आ इहनूं, वॉश कराउणे आ जदों ट्रैक्टर नूं, उदों कई रा की सीगा इहदे कई जगह ते पॉइंट 'च जदों पाणी खड़ जांदा जिवें तार दे विच ਤਾਂ ਉਹ ਕਈ ਰੇਸ ਨਹੀਂ ਫੜਦਾ ਜਾਂ ਹੈ ਨਾ ਕੋਈ ਇਹੋ ਜਿਹੀਆਂ ਮੁਸ਼ਕਲਾਂ ਸਟਾਰਟ ਨਹੀਂ ਹੁੰਦਾ, ਇਹੋ ਜਿਹੀਆਂ ਸੀਗੀਆਂ ਜਿਹੜੀਆਂ ਕੰਪਨੀ ਨੇ ਵਾਇਰਿੰਗ ਚੇਂਜ ਕਰਕੇ ਕੱਢਤੀਆਂ, ਅਤੇ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹਦੇ ਬਾਰੇ ਵੀ ਤੁਹਾਨੂੰ ਇਹਦੇ ਵੀਡੀਓ ਕਰਦੇ ਹਾਂ ਆਪਾਂ ਜਿਵੇਂ ਜਿਵੇਂ ਅੱਗੇ, ਅਤੇ ਉਹਦੇ ਬਾਰੇ ਵੀ ਦੱਸਾਂਗੇ ਵੀ ਤੁਸੀਂ ਕਿਹੜੀ ਚੀਜ਼ ਦਾ ਖਿਆਲ ਰੱਖਣਾ ਇਹਦੇ ਵਿੱਚ ਮੇਨ। ਅਤੇ ਬਾਕੀ ਜਿਹੜਾ ਵੇਖੋ ਜੀ, ਇਹ ਟਰੈਕਟਰ ਬਣਾਇਆ ਕੰਪਨੀ ਨੇ ਪਹਿਲਾਂ ਨਾਲੋਂ ਵੀ ਬਹੁਤ ਹੀ ਵਧੀਆ ਬਣਾਇਆ। ਪਹਿਲਾਂ ਜਿਹੜਾ ਮਾਡਲ 5620 ਆਉਂਦਾ ਸੀ ਆਪਣਾ ਜਾਂ 30 ਆਉਂਦਾ ਸੀਗਾ, ਤਾਂ ਉਹਦੇ ਨਾਲੋਂ ਵੀ 21 ਬਣਾਇਆ, 19 ਨਹੀਂ ਬਣਾਇਆ ਉਹਦੇ ਨਾਲੋਂ ਵੀ। ਇਹਦੇ ਵਿੱਚ ਮੇਨ ਤਾਂ ਵੇਖੋ ਜੀ, ਅੱਜ ਕੱਲ੍ਹ ਜਿਵੇਂ ਆਪਾਂ ਆ ਵਾਤਾਵਰਨ ਦੇ ਵਿੱਚ ਹੁਣ ਅਸੀਂ ਜ਼ਿਆਦਾ ਵੀਡੀਓ ਇੱਥੇ ਕਰਦੇ ਹਾਂ, ਇੱਥੇ ਇੱਕ ਤਾਂ ਕਾਲਜ ਹੈ, ਦਰਖਤ ਕਾਫੀ ਲੱਗੇ ਹੋਏ ਆ, ਅਤੇ ਮੰਨ ਲਓ ਜਿਹੜੇ ਮਰਜ਼ੀ ਵਕਤ ਆ ਜਾਈਏ ਇੱਥੇ ਛਾਂ ਹੁੰਦੀ ਹੈ। ਹੁਣ ਇਹੋ ਜਿਹਾ ਵਾਤਾਵਰਨ ਜੇ ਆਪਾਂ ਚਾਹੁੰਦੇ ਹਾਂ ਸਾਫ਼ ਸੁਥਰਾ ਵੀ ਜਿੱਥੇ ਆਪਾਂ ਨੂੰ ਸਾਹ ਵਧੀਆ ਆਵੇ, ਹੈ ਨਾ, ਛਾਂ ਰਵੇ, ਅਤੇ ਆਪਾਂ ਮਸ਼ੀਨਰੀ ਦੀ ਗੱਲ ਕਰੀਏ ਤਾਂ ਮਸ਼ੀਨਰੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਵੀ ਜਿਹੜੀ ਚੀਜ਼ ਪ੍ਰਦੂਸ਼ਣ ਕਰਦੀ ਹੈ ਤਾਂ ਪ੍ਰਦੂਸ਼ਣ ਜੇ ਜ਼ਿਆਦਾ ਉਹ ਹਵਾ 'ਚ ਫੈਲੂਗਾ, ਅੱਜ ਕੱਲ੍ਹ ਸਾਧਨਾਂ ਬਿਨਾਂ ਆਪਣਾ ਸਰਦਾ ਨਹੀਂ, ਚਾਹੇ ਆਪਾਂ ਕਾਰ ਲੈ ਲਈਏ, ਗੱਡੀ ਲੈ ਲਈਏ, ਅੱਜ ਕੱਲ੍ਹ ਜਿਹੜਾ ਮਸ਼ੀਨਰੀ ਯੁੱਗ ਆ ਗਿਆ ਤਾਂ ਆਪਾਂ ਹਰੇਕ ਚੀਜ਼ ਜਿਹੜੀ ਹੈ ਉਹ ਖੇਤ ਵਾਹੁਣਾ ਜਾਂ ਕਿਤੇ ਜਾਣਾ ਦੂਰ ਨੇੜੇ ਤਾਂ ਆਪਾਂ ਸਾਧਨਾਂ 'ਤੇ ਚੱਲਦੇ ਹਾਂ, ਡੀਜ਼ਲ ਪੈਟਰੋਲ ਹੀ ਫੂਕਦੇ ਹਾਂ ਅਤੇ ਉਹਦਾ ਪ੍ਰਦੂਸ਼ਣ ਹੈ। ਉਹ ਕੰਪਨੀਆਂ ਜਿਹੜੀਆਂ ਅੱਗੇ ਟੈਕਨੋਲੋਜੀ ਲੈ ਕੇ ਆਉਂਦੀਆਂ ਅਤੇ ਉਹ ਕੀ ਹੈ ਵੀ ਉਹੀ ਤੇਲ ਸੜਦਾ ਅਤੇ ਉਹ ਕਿਹੜੇ ਢੰਗ ਨਾਲ ਸਾੜ ਕੇ ਉਹਦਾ ਯਾਨੀ ਕਿ ਪ੍ਰਦੂਸ਼ਣ ਨਹੀਂ ਹੁੰਦਾ ਅਤੇ ਪ੍ਰਦੂਸ਼ਣ ਤੋਂ ਰਹਿਤ ਹੁੰਦਾ, ਅਤੇ ਮੰਨ ਲਓ ਆਪਣਾ ਕੰਮ ਵੀ ਸਰਦਾ, ਅਤੇ ਚਲੋ ਆਪਾਂ ਜਿਹੜਾ ਵਾਤਾਵਰਨ ਦੇ ਵਿੱਚ ਵੀ ਸੰਯੋਗ ਕਰਦੇ ਹਾਂ ਅਤੇ ਆਪਾਂ ਉਹ ਨਹੀਂ ਖਰਾਬ ਕਰਦੇ, ਉਹ ਆਪਣੇ ਲਈ ਫਾਇਦੇ ਲਈ ਹੈ, ਇਸੇ ਕਰਕੇ ਇਹ ਟਰਮ ਜਿਹੜੀਆਂ ਚੇਂਜ ਹੁੰਦੀਆਂ। ਇਹਦੋਂ ਪਹਿਲਾਂ 2012 ਦੀ ਗੱਲ ਕਰੀਏ, 11 ਤੋਂ ਬਾਅਦ ਤਾਂ ਉਦੋਂ 50 HP ਦੇ ਉੱਤੇ ਜਿਹੜੇ ਆਏ ਸੀਗੇ ਟਰਬੋ 'ਚ ਆ ਗਏ ਸੀਗੇ, ਤਾਂ ਜੇ ਹੁਣ ਗੱਲ ਕਰੀਏ ਆਪਾਂ 10 ਸਾਲਾਂ ਬਾਅਦ ਸਾਰੀਆਂ ਕੰਪਨੀਆਂ ਹੀ ਜਿਵੇਂ ਲਾ ਲਓ ਚਲੋ ਜਿਹੜੀਆਂ ਟੈਕਨੋਲੋਜੀ ਦੇ ਵਿੱਚ ਥੋੜ੍ਹਾ ਬਹੁਤਾ ਪਿੱਛੇ ਆ ਉਹ ਲੇਟ ਲਾ ਲਓ ਹੋ ਜਾਂਦੇ ਆ ਜਾਂ ਉਹ ਆਪਦਾ ਹੋਰ ਸਿਸਟਮ ਲਾ ਦਿੰਦੇ ਆ ਆਪਦਾ, ਹੈ ਨਾ, ਅਤੇ ਜਿਹੜੀਆਂ ਕੰਪਨੀਆਂ ਵਰਲਡ ਲੈਵਲ 'ਤੇ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਪਹਿਲਾਂ ਹੀ ਇੰਜਨ ਚੱਲਦੇ ਆ, ਜਿਵੇਂ ਹੁਣ ਇਹਦੇ ਵਿੱਚ CRDI ਇੰਜਨ ਜਿਹੜਾ ਟਰਕੀ ਦਾ ਹੈ, ਤਾਂ ਇਹਦਾ ਇੰਜਨ ਇਹ ਪਹਿਲਾਂ ਚੱਲ ਰਿਹਾ ਸੀਗਾ ਟਰਕੀ ਦੇ ਵਿੱਚ, ਇਹਨਾਂ ਨੇ ਕੋਈ ਨਵਾਂ ਨਹੀਂ ਬਣਾਇਆ ਵੀ ਜਿਹੜਾ ਆਪਾਂ ਇਹਦੇ 'ਚੋਂ ਡਰੀਏ ਵੀ ਇੰਜਨ ਭਾਈ ਇਹ 'ਚ ਨਵਾਂ ਲੱਗ ਗਿਆ ਕਿਵੇਂ ਚੱਲੂਗਾ। ਮਗਰਲਾ ਹਿੱਸਾ, ਅਗਲਾ ਹਿੱਸਾ, ਬਾਕੀ ਜਿਵੇਂ ਗੇਅਰ ਆ ਸਾਰਾ ਕੁਛ, ਐਕਸਲ ਵਗੈਰਾ, ਉਹ ਤਾਂ ਸਭ ਕੁਛ ਉਹੀ ਸੇਮ ਨੇ, ਇਕੱਲਾ ਇੰਜਨ ਲਾਇਆ, ਇੰਜਨ ਵੀ ਜਿਹੜਾ ਉਹ ਲਾਇਆ ਜਿਹੜਾ ਪਹਿਲਾਂ ਚੱਲਦਾ ਕੰਪਨੀ ਕੋਲ ਪਹਿਲਾਂ। ਅਤੇ ਇਹਦੇ 'ਚ ਆਪਾਂ ਨੂੰ ਜਿਹੜੀਆਂ ਮੁਸ਼ਕਲਾਂ, ਹੁਣ ਵੇਖੋ ਇਹਨੂੰ ਆਮ ਮਿਸਤਰੀ ਤਾਂ ਜੇ ਗੱਲ ਕਰੀਏ ਆਪਾਂ ਹੌਲੀ ਹੌਲੀ ਪਤਾ ਲੱਗ ਜੂਗਾ, ਇੱਕ ਤਰ੍ਹਾਂ ਨਵੀਂ ਚੀਜ਼ ਆਉਂਦੀ ਹੈ ਨਹੀਂ ਪਤਾ ਲੱਗਦਾ। ਜੇ ਆਪਾਂ ਲੋਕਲ ਮਿਸਤਰੀ ਦੀ ਗੱਲ ਕਰੀਏ, ਅੱਜ ਕੱਲ੍ਹ ਉਹ ਵੀ ਮੁੰਡੇ ਪੜ੍ਹੇ ਲਿਖੇ ਆ ਜਿਹੜੇ ਕੰਮ ਕਰਦੇ ਆ, ਹਰੇਕ ਬੰਦਾ ਹੀ ਮੋਬਾਈਲ 'ਤੇ ਜਿਹੜਾ ਲੈਪਟੋਪ ਵਗੈਰਾ ਚਲਾਉਂਦਾ, ਇਹਦੇ 'ਚ ਬਸ ਖਾਸੀਅਤ ਇੰਨੀ ਹੈ ਵੀ ਆਪਾਂ ਨੂੰ ਅੱਗੇ ਦਾ ਕੀ ਸੀਗਾ। ਹੁਣ ਜੇ ਗੱਲ ਕਰਦਾ ਮੈਂ ਪਿੱਛੇ, ਜੇ ਕੋਈ ਟਰੈਕਟਰਾਂ 'ਚ ਮੁਸ਼ਕਲ ਆ ਜਾਂਦੀ ਸੀ, ਟਰੈਕਟਰ ਖਰਾਬ ਹੁੰਦਾ ਸੀ, ਅਤੇ ਸਾਡੇ ਕਹਿੰਦੇ ਘੁੰਮਦੇ ਫੋਨ, ਮੈਨੂੰ ਪਤਾ ਨਹੀਂ ਸੀ ਲੱਗਦਾ ਵੀ ਹੁਣ ਇਹਦੀ ਕਿੱਥੋਂ ਆਵਾਜ਼ ਆਉਂਦੀ ਹੈ ਜਾਂ ਇਹਨੂੰ ਮੈਂ ਕੀ ਖੋਲ੍ਹਾਂ ਇਹਦਾ, ਹੈ ਨਾ। ਇਹ ਤਾਂ ਆਸਾਨ ਕਰਤਾ ਵੀ ਇਹਦੇ ਇੱਕ ਤਾਰ ਲਾਓ ਅਤੇ ਤੁਸੀਂ ਲੈਪਟੋਪ 'ਤੇ ਚੈੱਕ ਕਰੋ ਵੀ ਇਹਦੇ ਫਾਲਟ ਕਿੱਥੇ ਆ, ਤੁਹਾਨੂੰ ਮੱਥਾ ਮਾਰਨ ਦੀ ਲੋੜ ਹੀ ਨਹੀਂ। ਇਹ ਕੋਈ ਮਾੜਾ ਕੰਮ ਤਾਂ ਨਹੀਂ ਹੋ ਗਿਆ, ਇਹਦੇ 'ਚ ਵਧੀਆ ਕੰਮ ਹੀ ਹੋਇਆ। ਬਸ ਇੰਨਾ ਵੀ ਜਿਵੇਂ ਜਿਵੇਂ ਅੱਗੇ ਕੰਮ ਹੋਈ ਜਾਂਦੇ ਆ, ਟੈਕਨੋਲੋਜੀ ਚੇਂਜ ਹੁੰਦੀ ਆ, ਉਸੇ ਤਰ੍ਹਾਂ ਹੀ ਆਪਾਂ ਨੂੰ ਵੀ ਬਦਲਣਾ ਪਊਗਾ, ਆਪਾਂ ਨੂੰ ਵੀ ਉਹ ਚੀਜ਼ਾਂ ਸਿੱਖਣੀਆਂ ਪੈਣਗੀਆਂ। ਅਤੇ ਆਪਾਂ ਨੂੰ ਸੌਖਾ ਵੀ ਅੱਗੇ ਜਿਵੇਂ ਆਵਾਜ਼ ਤਾਂ ਆਉਂਦੀ ਹੈ ਜੀ, ਉਹ ਕਈ ਰਾਂ ਅਗਲਾ ਟਿਊਬ ਖੋਲ੍ਹ ਲੈਂਦਾ ਸੀ, ਕਈ ਰਾਂ ਗੇਅਰ ਖੋਲ੍ਹ ਲਿਆ ਜਾਂ ਇੰਜਨ ਦਾ ਕੁਛ ਖੋਲ੍ਹ ਲਿਆ। ਅੱਜ ਕੱਲ੍ਹ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਲੈਪਟੋਪ 'ਤੇ ਪਤਾ ਲੱਗ ਜਾਣਾ ਇਹਦੇ ਫਾਲਟ ਕਿੱਥੇ ਆ। ਜਿਵੇਂ ਹਲੇ ਇਹਦੇ ਕੋਈ ਵੀਡੀਓ ਪਈਆਂ ਨੇ ਪਾਸਿਓ ਆਸਿਓ, ਉਹ ਤਾਂ ਹੀ ਪਈਆਂ ਨੇ ਵੀ ਉੱਥੇ ਉਹ ਨਾ ਤਾਂ ਮੇਰੇ ਵਰਗੇ ਨੂੰ ਪਤਾ ਹੁੰਦਾ ਵੀ ਇਹਨੂੰ ਕਿੱਥੇ ਫਾਲਟ ਪੈ ਗਿਆ, ਫਿਰ ਕੰਪਨੀ ਦਾ ਬੰਦਾ ਹੀ ਹਲੇ ਆਉਂਦਾ ਜਿਵੇਂ ਇਹਨੂੰ ਦੇਖਣ ਵਾਸਤੇ। ਚਲੋ ਹੁਣ ਸਾਡੇ ਬੰਦੇ ਜਿਵੇਂ ਕੰਪਨੀ ਦੇ ਵਿੱਚ ਕੰਮ ਆਪਣੀ ਏਜੰਸੀ 'ਚ ਕਰਦੇ ਆ, ਅਤੇ ਅਸੀਂ ਆਪਦੇ ਉਹਨਾਂ ਨੂੰ ਟ੍ਰੇਨਿੰਗਾਂ ਦਵਾਈਆਂ, ਟ੍ਰੇਨਿੰਗਾਂ ਦੇ ਨਾਲ ਨਾਲ ਜਿਵੇਂ ਜਿਵੇਂ ਪ੍ਰੈਕਟੀਕਲ ਹੋਊਗਾ ਉਵੇਂ ਉਵੇਂ ਗਿਆਨ ਉਹਨਾਂ ਦਾ ਵੱਧ ਜੂਗਾ। ਸੋ ਆਪਾਂ ਜੇ ਇਹਦੇ ਵਿੱਚ ਫੀਚਰਾਂ ਦੀ ਗੱਲ ਕਰੀਏ, ਗੱਲਾਂ ਵੇਖੋ ਕਰਦਿਆਂ ਕਰਦਿਆਂ ਬਹੁਤ ਲੰਬੀਆਂ ਹੋ ਜਾਂਦੀਆਂ,
तो मैं नहीं चाहता भी बाद वीडियो लंबी हो तो तुम भी वेखन लगे परेशान हो भी इन्ना टाइम नहीं होंगे किसी को। आप थोड़ा जहा फटाफट नबेड़ते हैं ये जे वेटा की गल करिए 6 वेट अगे तो 3-3 वेट पिछे दोवें पासे 6 ही पिछे आ जाते जी। तो टायर साइज की गल करिए अगला 12-4-24 का है ठीक है जी। एम आर शक्ति लाइफ के टायर ने ते मगरले की गल करिए 18-4-30 का जी। ये तो टायर साइज आ गए। बाकी जिमें प्लेटफॉर्म काफ़ी सोहना बनाया बैठा बंदा जिहड़ा पूरा रिलैक्स बहिंदा है। मोबाइल जिमें ला लो तुसीं चार्ज ला सकते हो इत्थे नाल कवर देता उन्हूं पा सकते हो। तो उत्ते थोड़ा जिहा चढ़ के भी तुहानूं दिखा दईए भी जिहड़ा सारा मीटर मूटर है वो अगे नो भी डिजिटल ने जिमें आपां सुच लाउणे आ तां देखो हरेक चीज़ इत्थे आपां नूं इहदे शो करदी है। इहदा एयर कंडर तों लै के ते जिवें आपणा साइड वाला फिल्टर है जिहड़ा पानी जिहदे च आपां पानी वाला कह दें वो भी सेंसर चाहे वो इतने तुम्हें बंद होएगा तो दसेगा स्क्रीन पर भी मैं भाई चौक हो गया। इस तरह इको मोड है ये बहुत वधिया फीचर है जिवें वड्डी एच पी के अगे आप ट्रैक्टर चलाने हाँ और वड्डी पावर तो वेखो रोड पर भी तेल तो खाऊगी तो ये 45 HP कर सकते हो 55 कर सकते हो 65 कर सकते हो यदा हो गया जिवें 56-20 का ये जिवें 75 HP आ जाता है यदा 75 कर सकते हो 65 कर सकते हो 55 कर सकते हो ये तुसी पावर वध घट कर सकते हो। रोड के उत्ते जे आप खाली लैके जाना तो यदि पावर तुसी घटा के वह डीजल घटा सकते हो। जे अगे गल करिए हुण मान लो साइडां ते शीशे लाए है ना तो वेखो हुण मेरा गोडा तो ये मैं तुहानूं गैप खावां बहुत ज़्यादा इंजन तो क्यों इहदी लेंथ लंबी हुंदी है पर फिर भी कंपनी ने लाते आ भी ड्राइवर नूं जिहड़ा ना माड़ा मोटा भी सेक ना जाए तुहाडी सेफ्टी जिहड़ी है ना ये हॉलैंड कंपनी सब तो पहलां ड्राइवर की सेफ्टी नूं वेखदे आ। हुण जिवें आह जिहड़ी कनोपी लगी है ये पहलां कस्टमर जिहड़ा सानूं कहिंदा हुंदा सी यार भी ये तुहाडी कनोपी ना तां मीह रोकदी है ना छां करदी है हालांकि छां छूं सारा कुछ ही करदी है पर इहनू लाउण दा जिहड़ा कारण है ना वो कारण हैगा जी ड्राइवर की सेफ्टी। हुण अपने जिहड़े बाहर ट्रैक्टर जांदे आ चीज़ कल्ली लगी हुंदी है उतली फाइबर नूं छड्ड के ये नहीं लगी तो बाहर बिल ही नहीं हुंदा ट्रैक्टर। हुण ट्रैक्टर अपना ट्राली ते है अग्गा चक्किया जांदा कई थावां ते आपां वीडियो देखियां होणगियां ट्रैक्टर दा अग्गा चक्किया गया पिछे वो दूजी कपड़े वाली छतरी हुंदी उहदा की मान लो वजूद है भी वो ट्रैक्टर का वजन झल लूगी तो ट्रैक्टर चक के जिवें इन्ना कु ज़्यादा चक्किया जांदा भी सीधा वो बंदा विच आ जांदा ट्राली दे आपदे स्टीयरिंग दे सन च ये तुहाडा ट्रैक्टर का वजन तोलदी है चाहे ट्रैक्टर तुसीं तुरा जांदा कितें मुद्दा कर लिया तां भी यह वजन तुलूगा बंदा थोड़ा सेव निकलूगा चाहे तुहाडा ट्रैक्टर कोई चक्किया गया तां भी इहदे विच ये नहीं भी स्टीयरिंग दे ते ट्राली दे सन च बंदा आ जाऊगा। बाकी जिवें लिफ्ट की गल करिए अपने जिवें रैम आउंदी है जां ते लिफ्ट आउंदी है सारे ट्रैक्टरां दे सेम है ठीक है जी कंपैसिटी सेम है। इहदे च फर्क की हुंदा है फर्क हुंदा है पंप दा पंप दे विच तुसीं आम ट्रैक्टर जिवें लाओगे ना 90 HP लै लोगे जां 50 HP लै लोगे हो सकदा उहदे च पंप जिहड़ा सेम आउंदा होवे पंप दा बड़ा वड्डा योगदान हुंदा है। अपने ट्रैक्टर दे विच पंप जिहड़ा है इहदे च 54 LPM आउंदा है 54 LPM जिहड़ा पंप है ना जी वो वैसे तो तुसीं हुण मान लो आपां आम नॉर्मल घरे वाही करदे आ ना पलाओ चला ले जां हल चला ले जां तवियां चला लीआं जिहड़ा अपना बिग वी बिलर है उहदा जिहड़ा रैक चलना है बिलर नूं तां चलाउण वास्ते बाहरों ट्रैक्टर आउंदा ही आउंदा छोटा चलाउंदा नहीं तो उहदा रैक चलाउण वास्ते भी इहदे च लिफ्ट दी जिहड़ा पंप है इहदा मेन योगदान है। वैसे तां 54 तों 57 LPM होना चाहीदा वैसे इहदा उन्ना कम करदा है मान लो यदा तुहानूं 57 तक जिहड़ा 54 तों 57 तक जिहड़ा कम करदा है तो ये वो रैक चलाउंदा है। जे मैं इहदी थां ते 56-20 नूं कह दिया तां वेखो पावर दे हिसाब नाल तां चलाऊगा PTO दे हिसाब नाल इंजन की पावर दे हिसाब नाल पर पंप उहदा छोटा है उन्ना प्रैशर नहीं जाना जिन्ना उहनूं पिछे प्रैशर चाहीदा पंप नूं बिल रैक नूं तो सो इहदे विच इह जिहड़ियां चीज़ां ने जिहदा LPM वधदा है ना जे 25 वाला लैंदे हो जां 35 वाला लैंदे हो जां 50 वाला लैंदे हो जां 57 वाला लैंदे हो तो इन्हां च ये पंप महंगे सस्ते भी आउंदे आ रेट का फर्क भी पैंदा इन्हां चीज़ां नाल ही इहदे रेट वधदे आ। तो जिवें आपां रेट दीआं गल्लां करदे आ ना उत्थे क्वालिटियां हुंदियां कुछ चीज़ां दीआं जिवें हुण ये टर्बो लग्गिया वे है ना ये टर्की का इंजन है इहदे विच जिहड़ी हुण इहदी खासियत है तो वेखो हुण इत्थों दे लोकल इंजन दी ते इहदी खासियत जिहड़ी बहुत फर्क होगा। हुण कंपनी लाउण नूं तां जी बाकी सारा कुछ इत्थे असैंबल करी जांदी है इत्थे बनाई जांदी है कुछ पार्ट तो इंजन भी इत्थे बना सकदे भी सानूं सस्ता पवे पर उह वेंदे आ क्वालिटी नूं भी गाहक साडा जिहड़ा है ना उहनूं चंगी चीज़ मिले चंगी क्वालिटी मिले तां क्वालिटी इहदे विच भरपूर है जी। बस सिर्फ
ਜਿਹੜਾ ਆਪਾਂ ਵੀਡੀਓ ਦੇਖੀ ਆ ਨਾ ਟਰੈਕਟਰ ਦੇ ਵਿੱਚ ਵੀ ਆ ਉੱਥੇ ਟਰੈਕਟਰ ਲਿਆ ਸੀਗਾ ਜੀ ਐਂ ਹੋ ਗਿਆ ਖਰਾਬ ਹੋ ਗਿਆ ਨਾ ਉਹ ਕੀ ਹੈ ਵੀ ਚਲੋ ਮੁਸ਼ਕਲ ਜਿਹਨੂੰ ਹੁਣ ਪੈਸੇ ਲਾਏ ਹੁੰਦੇ ਆ ਜਾਂਦੀ ਹੈ ਚਾਹੇ ਭਾਵੇਂ ਫਿਊਜ ਹੀ ਸੜ ਗਿਆ ਉਹਦੇ ਵਾਸਤੇ ਤਾਂ ਇਹ ਮੁੜ ਕੇ ਮਿੱਟੀ ਹੈ ਵੀ ਇਹ ਤਾਂ ਮੇਰਾ ਯਾਰ ਟਰੈਕਟਰ ਖੜ ਗਿਆ ਕੰਮ ਦੇ ਵਿੱਚ ਪਰ ਇਹਦੇ ਵਿੱਚ ਨਾ ਪੁਆਇੰਟ ਨੇ ਮੈਂ ਤੁਹਾਨੂੰ ਭੁਪਿੰਦਰ ਅਗਲੀ ਸ਼ੋਅ ਚੱਕ ਆਹ ਬੰਦ ਕਰਕੇ ਇੱਕ ਤਾਂ ਆਹ ਡੱਬੀ ਹੈ ਜਿਵੇਂ ਇਹਦੀ ਰੇਸ ਜਿਹੜੀ ਹੈ ਨਾ ਮੰਨ ਕੇ ਚਲੋ ਵੀ ਇਹ ਸੈਂਸਰ ਸਿਸਟਮ ਨਾਲ ਹੀ ਆ ਰੇਸ ਇਹਦੀ ਵੀ ਜਿਵੇਂ ਅੱਗੇ ਪੁਰਾਣੇ ਟਰੈਕਟਰ 'ਚ ਤਾਰ ਜਾਂਦੀ ਸੀ ਅੱਗੇ ਪੰਪ ਨੂੰ ਅਤੇ ਰੇਸ ਆਪਣੀ ਉਹ ਖਿੱਚ ਕੇ ਰੇਸ ਹੁੰਦੀ ਸੀ ਹੁਣ ਇਹਦੀ ਡੱਬੀ ਹੈ ਜਿਹੜੀ ਇੱਥੇ ਪਾਣੀ ਨਾ ਪਵੇ ਇਹਦੇ 'ਚ ਹਾਂ ਪਾਣੀ ਮਾਰ ਲਓ ਪਰ ਜਦੋਂ ਪਾਣੀ ਤੁਸੀਂ ਇੱਥੇ ਮਾਰਦੇ ਆ ਤਾਂ ਉਹਨੂੰ ਹਵਾ ਮਾਰੋ ਇਸੇ ਤਰ੍ਹਾਂ ਹੀ ਅੱਗੇ ਪੁਆਇੰਟ ਹੈ ਇੱਕ ਇਹਦੇ ਜਿਹੜਾ ਮੰਨ ਲਓ ਇੱਕ ਤਾਂ ਡੱਬੀ ਆ ਗਈ ਸਾਹਮਣੇ ਇੱਕ ਇਹਦੇ ਡੱਬੀ ਉਹ ਆ ਗਈ ਥੱਲੇ ਇੱਥੇ ਪੁਆਇੰਟ ਵੀ ਆ ਜਾਂਦੇ ਆ ਜਿਹੜੇ ਸ਼ੋਅ ਦੇ ਅੰਦਰ ਵੀ ਇੱਕ ਦੋ ਪੁਆਇੰਟ ਇਹ ਨੇ ਇਹਨਾਂ ਦਾ ਜੇ ਤੁਸੀਂ ਪਾਣੀ ਵੱਜਦਾ ਤਾਂ ਨਾਲ ਉਹਦੇ ਕੀ ਹੈ ਵੀ ਹਵਾ ਵੀ ਮਾਰੋ ਹਵਾ ਮਾਰੋਗੇ ਤਾਂ ਜਿਹੜਾ ਪਾਣੀ ਤਾਰ ਦੇ ਵਿੱਚ ਨਾ ਰਹੂਗਾ ਵੇਖੋ ਹੁਣ ਜਿਹੜਾ ਮੰਨ ਲਓ ਇਲੈਕਟ੍ਰੋਨਿਕ ਚੀਜ਼ ਹੁੰਦੀ ਹੈ ਨਾ ਉਹਨੇ ਕੰਮ ਜੇ ਉਹ ਆਪਦਾ ਕਰੰਟ ਲੈ ਕੇ ਕਰਨਾ ਤਾਂ ਜੇ ਉੱਥੇ ਕਰੰਟ ਉਹਦਾ ਰੁਕੇਗਾ ਤਾਂ ਉਹਦੇ 'ਚ ਮੁਸ਼ਕਲ ਆਏਗੀ ਸੋ ਇਹ ਜਿਹੜੀਆਂ ਮੁਸ਼ਕਲਾਂ ਨੇ ਇਹ ਆਪਾਂ ਨੂੰ ਜਿਵੇਂ ਜਿਵੇਂ ਤੁਸੀਂ ਸਮਝ ਜਾਓਗੇ ਪਤਾ ਲੱਗ ਜਾਊਗਾ ਅਤੇ ਆਪਣੇ ਵਾਸਤੇ ਕੁਛ ਵੀ ਨਹੀਂ ਅਤੇ ਬਾਕੀ ਜਿਹੜੀ ਇਹਦੀ ਟੈਕਨੋਲੋਜੀ ਹੈ ਅੱਜ ਦੇ ਟਾਈਮ ਦੇ ਵਿੱਚ ਵੇਖਿਆ ਜਾਵੇ ਤਾਂ ਆਪਾਂ ਨੂੰ ਜਿਵੇਂ ਵੇਖੋ ਪ੍ਰਦੂਸ਼ਣ ਹੈ ਜਿਵੇਂ ਜਿਵੇਂ ਹੁਣ ਮਸ਼ੀਨਰੀ ਅੱਗੇ ਵਧੀ ਜਾਂਦੀ ਹੈ ਰੋਡਾਂ 'ਤੇ ਅਤੇ ਪ੍ਰਦੂਸ਼ਣ ਵਧੀ ਜਾਂਦਾ ਅਤੇ ਉਹਦੇ ਵਾਸਤੇ ਬਿਮਾਰੀਆਂ ਦਾ ਵੀ ਆਪਣੇ ਵਾਸਤੇ ਉੱਠੀਆਂ ਜਾਂਦੀਆਂ ਨਾ ਆਪਾਂ ਹੀ ਉਹਦੇ 'ਚ ਸਾਹ ਲੈਣਾ ਅਤੇ ਵੇਖੋ ਜੇ ਆਪਾਂ ਨੂੰ ਪ੍ਰਦੂਸ਼ਣ ਰਹਿਤ ਹਵਾ ਮਿਲੂਗੀ ਤਾਂ ਉਹਦੇ 'ਚ ਆਪਣਾ ਹੀ ਫਾਇਦਾ ਸੋ ਇਹ ਜਿਵੇਂ ਜਿਵੇਂ ਅੱਗੇ ਮੰਨ ਲਓ ਪਹਿਲਾਂ ਇਹ ਵੱਡੀਆਂ ਗੱਡੀਆਂ ਤਾਂ ਸਾਰੀਆਂ ਚੀਜ਼ਾਂ ਦੇ ਵਿੱਚ ਟਰਬੋ ਆਇਆ ਸੀਗਾ ਉਸੇ ਤਰ੍ਹਾਂ ਹੀ ਅੱਜ 10 ਸਾਲ ਬਾਅਦ ਇਹ CRD 'ਚ ਆ ਗਿਆ ਕੰਪਨੀ ਨੇ ਆਪਦੀ ਤਕਨੀਕ ਚੇਂਜ ਕੀਤੀ ਵੀ ਤੇਲ ਨੂੰ ਸਾੜਨਾ ਵੀ ਹੈ ਆਪਾਂ ਇਹ ਚੀਜ਼ਾਂ ਤੋਂ ਕੰਮ ਵੀ ਲੈਣਾ ਅਤੇ ਪਰ ਉਹ ਪ੍ਰਦੂਸ਼ਣ ਵੀ ਨਾ ਕਰੇ ਉਹ ਟੈਕਨੋਲੋਜੀ ਆ ਗਈ ਆਪਣੇ ਵਾਸਤੇ ਅਤੇ ਆਪਾਂ ਇਹਨੂੰ ਵਰਤਣਾ ਹੋਰ ਟਾਈਮ ਮਤਲਬ ਹੋਰ ਅੱਗੇ ਟਾਈਮ ਲਾ ਲਓ ਪਾ ਕੇ ਅੱਜ ਜਿਵੇਂ ਆਪਾਂ ਕਈ ਬੰਦੇ ਝਿਜਕਦੇ ਆ ਨਹੀਂ ਯਾਰ ਵੀ ਸਪੈਸ਼ਲ ਐਡੀਸ਼ਨ ਲੈ ਲੈਂਦੇ ਹਾਂ ਜਾਂ ਸੁਪਰ ਲੈ ਲੈਂਦੇ ਹਾਂ ਘੱਟ HP ਲੈ ਲੈਂਦੇ ਅਤੇ ਜਾਂ ਆਉਣ ਵਾਲੇ ਟਾਈਮ 'ਚ ਮਤਲਬ ਇਹ 50 HP ਕੈਟਾਗਰੀ ਵੀ ਜਿਹੜੇ ਆ ਤੁਹਾਡੇ CRD 'ਚ ਆ ਗਏ ਅਤੇ ਫਿਰ ਆਪਾਂ ਕੀ ਲਵਾਂਗੇ ਫਿਰ ਉਹੀ ਲੈਣੇ ਪੈਣੇ ਆ ਨਾ ਅਤੇ ਕਿਉਂ ਨਾ ਆਪਾਂ ਇਹਨਾਂ ਨੂੰ ਪਹਿਲਾਂ ਹੀ ਚਲਾਈਏ ਅਤੇ ਆਪਾਂ ਨੂੰ ਇਹਦੇ ਬਾਰੇ ਪਤਾ ਲੱਗੇ ਅਤੇ ਆਪਾਂ ਨੂੰ ਇਹਦੇ ਬਾਰੇ ਸਮਝ ਹੋਵੇ ਤਾਂ ਆਪਾਂ ਚਲਾਈਏ ਵਰਤੀਏ ਸੋ ਇਹਦੇ ਵਿੱਚ ਤਾਂ ਡੀਜ਼ਲ ਵੀ ਆਪਣਾ ਜਿਹੜਾ ਖਪਤਾ ਘੱਟ ਜਾਣੀ ਹੈ ਇਹਨੂੰ ਆਪਾਂ ਪਾਵਰ ਨੂੰ ਘਟਾ ਲੈਣਾ ਸੋ ਅੱਜ ਇੰਨੀਆਂ ਕੀ ਗੱਲਾਂ ਕਰਦੇ ਹੋਏ ਤੁਹਾਡੇ ਵਾਸਤੇ ਵੀਡੀਓ ਬਣਾਈ ਹੈ ਸੋ ਅੱਗੇ ਨਵੇਂ ਵੀਡੀਓ ਨਾਲ ਫਿਰ ਆਵਾਂਗੇ ਤੁਹਾਡੇ ਵਾਸਤੇ ਨਵੀਂ ਵੀਡੀਓ ਫਿਰ ਲੈ ਕੇ ਆਵਾਂਗੇ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੰਦਰੁਸਤ ਰਹੋ ਮੈਂ ਚਾਹੁੰਦਾ ਤੁਸੀਂ ਸਾਰੇ ਖੁਸ਼ਹਾਲ ਰਹੋ ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ